अलिफ वल्ला चुंबे दिबूटी मेरे मन विच मुर्शिद लाई। मैं सब तो पहला पंजाबी फोरम नूं वधाई दिंदा वां जिन्हां ने अज दी इस मीटिंग दा प्रबंध कीता, पर मैं इन्हां नूं यह भी गुजारिश करांगा कि इन्ने नाल नहीं सरना, यह हर महीने होना चाहिए। एक बारी कितें इकट्ठे हो जाना तो पिछे महीने या साल इकट्ठे ना होना, ये नाल नहीं काम सरना। इन्हां मीटिंग्स नूं रैगूलर बनाना पैना, तो ये जिहड़ी गैदरिंग है ये एक सदीवी चीज़ बने। हर महीने असी बाकायदगी नाल इनू अटेंड करिए, कोई मसला हल हो सकता। बाकी रही गल पंजाबी दे, पंजाबी इस वेले प्रॉब्लम च है, ये दुनिया जानती है। और ये जिहड़ी गल है, जिहड़े सियाने लोग ने उन्हां नूं पता, 1980 ਵਿੱਚ ਵੀ ਉਹਨਾਂ ਨੂੰ ਪਤਾ ਸੀ ਕਿ ਪੰਜਾਬੀ ਜਿਹੜੀ ਹੈ ਉਹ ਪ੍ਰੋਬਲਮ 'ਚ ਹੈ, ਅਤੇ ਅੱਜ 30 ਸਾਲਾਂ ਬਾਅਦ ਪੰਜਾਬੀ ਹੋਰ ਵੱਡੇ ਸੰਕਟ ਵਿੱਚ ਹੈ। ਮੈਂ ਜਿਵੇਂ ਕਿ ਗੁਰਾ ਸਾਹਿਬ ਨੇ ਦੱਸਿਆ ਕਿ ਹੁਣੇ ਹੁਣੇ ਪਾਕਿਸਤਾਨ ਤੋਂ ਹੋ ਕੇ ਆਇਆ ਵਾਂ, ਉੱਥੇ ਲਾਹੌਰ ਯੂਨੀਵਰਸਿਟੀ ਔਰ ਲਾਹੌਰ ਯੂਨੀਵਰਸਿਟੀ ਬਰਾਏ ਖਵਾਤੀਨ, ਉਹਨਾਂ ਦੋਵਾਂ ਯੂਨੀਵਰਸਿਟੀਆਂ 'ਚ ਮੈਂ ਲੈਕਚਰ ਦਿੱਤੇ ਨੇ। ਅਤੇ ਉੱਥੇ ਮੇਨ ਮੁੱਦਾ ਇਹੀ ਸੀ ਕਿ ਜਦੋਂ ਮੈਂ ਔਰਤਾਂ ਵਾਲੀ ਯਾਨੀ ਵਿਮਨ ਯੂਨੀਵਰਸਿਟੀ 'ਚ ਗਿਆ, ਤਾਂ ਉੱਥੇ ਤਕਰੀਬਨ ਉਹਨਾਂ ਨੇ ਸਾਰੇ ਲਾਹੌਰ ਦੀਆਂ ਕਾਲਜਾਂ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਇਕੱਠੀਆਂ ਕੀਤੀਆਂ ਹੋਈਆਂ ਸਨ, ਜਿਨ੍ਹਾਂ ਦੀ ਗਿਣਤੀ 1200 ਹੋਣੀ ਹੈ। ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਬਈ ਤੁਸੀਂ ਕੱਲ੍ਹ ਦੀਆਂ ਮਾਵਾਂ ਪੰਜਾਬੀ ਨੂੰ ਬਚਾ ਸਕਦੀਆਂ ਹੋ, ਪੰਜਾਬੀ ਨੂੰ ਕੋਈ ਖਤਰਾ ਬਾਹਰੋਂ ਨਹੀਂ ਹੈ। ਪੰਜਾਬੀ ਬਾਹਰਲੇ ਖਤਰਿਆਂ ਨਾਲ ਨਜਿੱਠਣ ਲਈ ਬੜੇ ਮਜ਼ਬੂਤ ਨੇ, ਜਿਸ ਤਰ੍ਹਾਂ ਕਿ ਤੁਸੀਂ ਹਮੇਸ਼ਾ ਦੇਖਦੇ ਹੀ ਹੋ। ਇਹ ਖਤਰਾ ਜਿਹੜਾ ਹੈਗਾ ਪੰਜਾਬੀ ਨੂੰ, ਇਹ ਕਿਤੋਂ ਬਾਹਰੋਂ ਨਹੀਂ ਹੈ, ਇਹ ਸਾਨੂੰ ਆਪਣੀਆਂ ਮਾਵਾਂ ਤੋਂ ਹੀ ਹੋ ਗਿਆ ਖਤਰਾ। ਕਿਉਂਕਿ ਜੇ ਮਾਵਾਂ ਬੱਚੇ ਨਾਲ ਪੰਜਾਬੀ ਨਹੀਂ ਬੋਲਦੀਆਂ ਕਿਸੇ ਪ੍ਰੈਸ਼ਰ ਕਰਕੇ, ਤਾਂ ਉਹ ਅਗਲੀ ਨਸਲ ਜਿਹੜੀ ਹੈ ਉਹਦੇ ਕੋਲੋਂ ਉਹਦਾ ਵਿਰਸਾ, ਉਹਦਾ ਕਲਚਰ, ਉਹਦੀ ਲੈਂਗੁਏਜ ਸਭ ਕੁਝ ਖੋ ਰਹੀਆਂ ਨੇ। ਜਦੋਂ ਕੋਈ ਲੈਂਗੁਏਜ ਮਰਦੀ ਹੈ ਤਾਂ ਉਦੋਂ ਲੈਂਗੁਏਜ ਹੀ ਨਹੀਂ ਮਰਦੀ, ਉਦੋਂ ਜਿਹਨੂੰ ਅਸੀਂ ਕਲਚਰ ਕਹਿੰਦੇ ਹਾਂ, ਸੱਭਿਆਚਾਰ ਕਹਿੰਦੇ ਹਾਂ, ਸਕਾਫਤ ਕਹਿੰਦੇ ਹਾਂ, ਉਹਦੀ ਮੌਤ ਹੋ ਜਾਂਦੀ ਹੈ। ਤਾਂ ਇਸ ਲਈ ਮੈਂ ਥੋੜ੍ਹਾ ਜਿਹਾ ਇਸ ਹਿਸਟਰੀ ਵਿੱਚ ਵੀ ਜਾਵਾਂਗਾ ਕਿ ਇਸ ਵੇਲੇ ਜ਼ਬਾਨਾਂ ਨਾਲ ਕੀ ਹੋ ਰਿਹਾ। ਇਸ ਵੇਲੇ ਜ਼ਮੀਨ ਇਸ ਸਰਜ਼ਮੀਨ 'ਤੇ ਤਕਰੀਬਨ 6800 ਜ਼ਬਾਨਾਂ ਬੋਲੀਆਂ ਜਾ ਰਹੀਆਂ ਨੇ। ਇਹਨਾਂ 'ਚੋਂ 516 ਜ਼ਬਾਨਾਂ ਪਿਛਲੇ 50 ਸਾਲਾਂ 'ਚ ਮਰ ਗਈਆਂ, ਉਹਦਾ ਨਾਂ ਲੈਣ ਵਾਲਾ ਨਹੀਂ ਰਿਹਾ ਕੋਈ। ਕਿਉਂ ਮਰੀਆਂ? ਇੱਕ ਸਭ ਤੋਂ ਵੱਡਾ ਰੀਜ਼ਨ ਇਹ ਹੁੰਦਾ ਹੈ ਜ਼ਬਾਨ ਦੇ ਮਰਨ ਦਾ ਕਿ ਉਹਦੀ ਰੋਜ਼ ਦੇ ਕਾਰ ਵਿਹਾਰ ਵਿੱਚ ਉਹਦੀ ਕੋਈ ਯੂਟਿਲਿਟੀ, ਉਹਦਾ ਕੋਈ ਫਾਇਦਾ ਨਾ ਹੋਵੇ। ਪਰ ਪੰਜਾਬੀ ਜ਼ਬਾਨ ਨਾਲ ਐਸਾ ਨਹੀਂ ਹੈ। ਜਾਂ ਫਿਰ ਉਹ ਜ਼ਬਾਨ ਜਿਹੜੀ ਹੈ ਉਹਦਾ ਕੋਈ ਲਿਖਣ ਦਾ ਸਿਸਟਮ ਨਾ ਹੋਵੇ। ਸਾਡੇ ਕੋਲ ਤਾਂ ਪੰਜਾਬੀ ਬੋਲਣ ਵਾਲਿਆਂ ਕੋਲ ਤਾਂ ਬੜਾ ਪਾਵਰਫੁੱਲ ਲਿਖਣ ਦਾ ਸਿਸਟਮ ਹੈ। ਤੁਸੀਂ ਦੁਨੀਆ ਭਰ ਦੀ ਕੋਈ ਸਿਨਫ, ਕਵਿਤਾ ਹੋਵੇ, ਕਹਾਣੀ ਹੋਵੇ, ਨਾਵਲ ਹੋਵੇ, ਗਜ਼ਲ ਹੋਵੇ, ਉਹ ਕਲੀਆਂ ਹੋਣ, ਉਹ ਕਾਫੀਆਂ ਹੋਣ, ਤੁਸੀਂ ਜੋ ਕੁਝ ਵੀ ਪੰਜਾਬੀ 'ਚ ਲਿਖਣਾ ਚਾਹੁੰਦੇ ਹੋ ਬਾਖੂਬੀ ਲਿਖ ਸਕਦੇ ਹੋ, ਕੋਈ ਮਸਲਾ ਹੀ ਨਹੀਂ ਗਾ। ਤਾਂ ਜੇ ਐਡੀ ਪਾਵਰਫੁੱਲ ਜ਼ਬਾਨ ਜਿਹੜੀ ਹੈ ਉਹ ਸਿਰਫ ਸਾਡੀ ਅਣਗਹਿਲੀ ਕਰਕੇ ਮਰ ਜਾਵੇ, ਤਾਂ ਇਹ ਸਾਡੇ ਸਾਰਿਆਂ ਵਾਸਤੇ ਸ਼ਰਮ ਵਾਲੀ ਗੱਲ ਵੀ ਹੈ, ਲਾਹਨਤ ਵਾਲੀ ਗੱਲ ਵੀ ਹੈ। ਹੁਣ ਜਦੋਂ ਅਸੀਂ ਆਪਣੇ ਪੰਜਾਬ ਵਿੱਚ ਗੱਲ ਕਰਦੇ ਹਾਂ
ਤਾਂ ਸਾਡੇ ਸਕਾਲਰ ਹਮੇਸ਼ਾ ਕਹਿੰਦੇ ਨੇ ਕਿ ਸ਼ਾਇਦ ਪੰਜਾਬੀ ਲਿਖਣ ਵਾਸਤੇ ਸਭ ਤੋਂ ਵਾਜਬ ਜਿਹੜੀ ਸਕ੍ਰਿਪਟ ਹੈ ਉਹ ਗੁਰਮੁਖੀ ਹੈ। ਮੈਂ ਉਹਨਾਂ ਨਾਲ ਕਦੀ ਵੀ ਮੁਤਫਿਕ ਨਹੀਂ ਹੋਇਆ। ਮੈਂ ਇਹ ਕਹਿੰਦਾ ਹੁੰਦਾ ਕਿ ਭਲੇ ਮਾਨਸੋ ਮੈਨੂੰ ਇਹ ਦੱਸੋ ਕਿ ਬਾਬਾ ਫਰੀਦ, ਸ਼ਾਹ ਹੁਸੈਨ, ਵਾਰਿਸ ਸ਼ਾਹ, ਮੁਕਬਲ, ਦਮੋਦਰ, ਕਾਦਰ ਯਾਰ, ਹਾਸ਼ਮ ਸ਼ਾਹ, ਵਾਰਿਸ ਸ਼ਾਹ, ਇਹਨਾਂ ਸਾਰਿਆਂ ਨੇ ਕੀ ਗੁਰਮੁਖੀ 'ਚ ਲਿਖਿਆ ਸੀ? ਹਰਗਿਜ਼ ਨਹੀਂ। ਉਹਨਾਂ ਸਾਰਿਆਂ ਨੇ ਸ਼ਾਹਮੁਖੀ 'ਚ ਲਿਖਿਆ ਸੀ। ਤੋ ਇਸ ਕਰਕੇ ਇਹ ਮਸਲਾ ਹੀ ਹੈ ਨਹੀਂ ਕਿ ਪੰਜਾਬੀ ਜਿਹੜੀ ਹੈ ਉਹ ਕਿਹੜੀ ਸਕ੍ਰਿਪਟ ਵਿੱਚ ਲਿਖੀ ਜਾਵੇ, ਜਿਹਦੇ 'ਚ ਕੋਈ ਸਮਝਦਾ ਉਹਦੇ 'ਚ ਲਿਖਿਆ ਜਾਵੇ। ਇਹ ਵੱਖਰੀ ਗੱਲ ਹੈ ਕਿ ਪੰਜਾਬ ਵਾਲਾ, ਹਿੰਦੁਸਤਾਨ ਵਾਲਾ ਪੰਜਾਬ ਔਰ ਪਾਕਿਸਤਾਨ ਵਾਲਾ ਪੰਜਾਬ ਦੋਵਾਂ ਦੇ, ਕਿਉਂਕਿ ਲਿਖਣ ਸਕ੍ਰਿਪਟ ਦਾ ਫਰਕ ਹੈ ਅਤੇ ਲਿਖਣ ਵਾਲੀ ਗੱਲ ਸਾਰੇ ਨਹੀਂ ਪੜ੍ਹ ਸਕਦੇ, ਪਰ ਇਹਦੇ ਨਾਲ ਕੋਈ ਮਸਲਾ, ਇਹ ਮਸਲਾ ਨਹੀਂ ਹੈ। ਜੇ ਹੁਣ ਤੱਕ ਸਭ ਕੁਝ ਠੀਕ ਚੱਲਦਾ ਆ ਤਾਂ ਇਹ ਅੱਗੋਂ ਵੀ ਚੱਲ ਸਕਦਾ ਹੈ। ਸਾਰੇ ਜਿੰਨੇ ਜਿਨ੍ਹਾਂ ਦੇ ਨਾਮ ਲਏ ਨੇ ਜਾਂ ਜਿਨ੍ਹਾਂ ਦੇ ਮਲਿਕ ਸਾਹਿਬ ਨੇ ਨਾਂ ਲਏ ਸੀ, ਉਹ ਸਾਰੇ ਹੀ ਸ਼ਾਇਰ ਜਿਹੜੇ ਨੇ ਉਹ ਸ਼ਾਹਮੁਖੀ 'ਚ ਲਿਖਦੇ ਆਏ ਆ। ਨਾਲੇ ਇਸ ਨਾਲ ਇੱਕ ਹੋਰ ਸਵਾਲ ਵੀ ਜਿਹੜਾ ਹੈ ਉਹਦਾ ਵੀ ਜਵਾਬ ਤੁਹਾਨੂੰ ਮਿਲ ਜਾਏਗਾ। ਜਿਹੜੇ ਲੋਕ ਇਹ ਕਹਿੰਦੇ ਆ ਵੀ ਗੁਰਮੁਖੀ ਜਿਹੜੀ ਹੈ ਉਹ ਸਿੱਖਾਂ ਦੀ ਜ਼ਬਾਨ ਹੈ, ਯਾਨੀ ਪੰਜਾਬੀ, ਅਤੇ ਇਹ ਨਹੀਂ ਬੋਲਣੀ, ਤਾਂ ਹੁਣ ਮੈਨੂੰ ਇਹ ਦੱਸੋ ਵੀ ਇਹ ਸਾਰੇ ਜਿਹੜੇ ਸ਼ਾਇਰ ਨੇ ਇਹ ਸਿੱਖ ਨੇ? ਜਿਨ੍ਹਾਂ ਨੇ ਪੰਜਾਬੀ 'ਚ ਲਿਖਿਆ ਉਹ ਸਾਰੇ ਜਿਹੜੇ ਨੇ ਉਹ ਮੁਸਲਮਾਨ ਨੇ? ਤੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਕ੍ਰੀਏਟ ਕੀਤੀਆਂ ਗਈਆਂ ਨੇ। ਇਹ ਬੜਾ ਰੋਂਗ ਆਰਗੂਮੈਂਟ ਪੇਸ਼ ਕੀਤਾ ਗਿਆ। ਅਤੇ ਮੈਂ ਤੁਹਾਨੂੰ ਇਹ ਦੱਸ ਰਿਹਾ ਸੀਗਾ ਕਿ ਜ਼ਬਾਨ ਜਿਹੜੀ ਹੈ, ਜੇ ਉਹਦੀ ਯੂਟਿਲਿਟੀ ਉਦੋਂ ਖਤਮ ਹੋ ਜਾਂਦੀ ਹੈ ਜਦੋਂ ਉਹ, ਯਾਨੀ ਉਦੋਂ ਮਰ ਜਾਂਦੀ ਹੈ ਜ਼ਬਾਨ, ਜਦੋਂ ਉਹ ਪੇਰੈਂਟਸ ਜਿਹੜੇ ਨੇ ਆਪਣੇ ਬੱਚਿਆਂ ਨੂੰ ਲੈਂਗੁਏਜ ਪਾਸ ਔਨ ਨਹੀਂ ਕਰਦੇ ਐਜ਼ ਮਦਰ ਟੰਗ। ਇਹਦੀ ਮੈਂ ਮਿਸਾਲ ਦੇਣਾ ਚਾਹਾਂਗਾ ਕਿ ਅਲਾਸਕਾ ਵਿੱਚ ਇੱਕ ਜ਼ਬਾਨ ਬੋਲੀ ਜਾਂਦੀ ਹੈ ਜਿਹਦਾ ਨਾਂ ਹੈ ਯੂਪਿਕ। ਇਹਦੇ ਜਿਹੜੇ ਐਜ਼ ਮਦਰ ਟੰਗ ਬੋਲਣ ਵਾਲੇ ਲੋਕ ਨੇ ਉਹ ਕੋਈ ਤਕਰੀਬਨ 2 ਲੱਖ ਨੇ, ਔਰ ਇਹ 2 ਲੱਖ ਲੋਕ ਜਿਹੜੇ ਨੇ ਇਹ ਸਾਰੇ 50 ਜਾਂ 60 ਸਾਲ ਦੀ ਉਮਰ ਤੋਂ ਉੱਪਰ ਦੇ ਨੇ। ਸਿਰਫ ਯੂਪਿਕ ਜਿਹੜੀ ਥੱਲਵੇਂ ਲੈਵਲ 'ਤੇ ਬੋਲੀ ਜਾਂਦੀ ਹੈ, ਯਾਨੀ 25 ਸਾਲ ਤੋਂ ਥੱਲੇ ਦੀ ਉਮਰ ਦੇ, ਉਹ ਸਿਰਫ 2000 ਲੋਕ ਹੀ ਰਹਿ ਗਏ ਆ। ਅਤੇ ਹੁਣ ਇੱਕ ਅੰਦਾਜ਼ਾ ਹੈ, ਇੱਕ ਐਸਟੀਮੇਟ ਹੈ ਕਿ ਇਹ ਲੈਂਗੁਏਜ ਜਿਹੜੀ ਹੈ ਇਹ ਇਸ ਸਦੀ ਦੇ ਟਰਨ ਹੋਣ ਤੋਂ ਪਹਿਲਾਂ ਖਤਮ ਹੋ ਜਾਏਗੀ, ਕਿਉਂਕਿ ਜਿਹੜੇ 50-60 ਦੇ ਹੈਗੇ ਨੇ ਉਹ 25-30 ਸਾਲਾਂ ਬਾਅਦ ਉਹਨਾਂ ਨੇ ਚੱਲ ਜਾਣਾ ਅਤੇ ਆਪਣੀ ਲੈਂਗੁਏਜ ਨਾਲ ਹੀ ਲੈ ਜਾਣੀ ਹੈ। ਇਸੇ ਤਰ੍ਹਾਂ ਅਜੇ ਕੁਝ ਹੋਰ ਲੈਂਗੁਏਜਿਸ ਵੀ ਹੈਗੀਆਂ ਨੇ ਜਿਹੜੀਆਂ ਕਿ ਯੂਨਾਈਟਿਡ ਸਟੇਟਸ 'ਚ ਬੋਲੀਆਂ ਜਾਂਦੀਆਂ ਨੇ। ਇੱਕ ਹੈ ਓਨਨ ਗਾਡਾ ਮੋਹਵਾਕ ਲੈਂਗੁਏਜ, ਇਹ ਅਜੇ ਬੋਲਣ ਵਾਲੇ ਕੁਝ ਹੈਗੇ ਨੇ, ਪਰ ਕਿਉਂਕਿ ਪੇਰੈਂਟਸ ਵੱਲੋਂ ਆਪਣੇ ਬੱਚਿਆਂ ਨੂੰ ਇਹ ਪਾਸ ਔਨ ਨਹੀਂ ਕੀਤੀ ਜਾ ਰਹੀ ਜ਼ਬਾਨ, ਇਸ ਲਈ ਇਸ ਸਦੀ ਦੇ ਖਤਮ ਹੋਣ ਤੱਕ ਲੈਂਗੁਏਜ ਖਤਮ। ਇੱਕ ਹੋਰ ਫੈਕਟ ਜਿਹੜਾ ਹੈ ਉਹ ਤੁਹਾਡੇ ਅੱਗੇ ਰੱਖਣਾ ਮੈਂ ਵਾਜਬ ਸਮਝਾਂਗਾ ਕਿ ਇੰਗਲੈਂਡ ਵਿੱਚ ਇੱਕ ਜ਼ਬਾਨ ਬੋਲੀ ਜਾ ਰਹੀ ਹੈ ਬ੍ਰਿਟਨ, BRETUN, ਬ੍ਰਿਟਨ। ਇਹ ਲੈਂਗੁਏਜ ਬੋਲਣ ਵਾਲੇ ਕੋਈ 2 ਲੱਖ ਲੋਕ ਨੇ, ਪਰ ਇਹ ਲੈਂਗੁਏਜ ਜਿਹੜੀ ਹੈ ਉਹ ਹੀ ਮਸਲਾ ਹੈ ਕਿ ਬੋਲਣ ਵਾਲੇ ਜਿਹੜੇ ਨੇ ਉਹ 50-60 ਸਾਲ ਤੋਂ ਉੱਪਰ ਦੀ ਉਮਰ ਦੇ ਨੇ ਅਤੇ ਥੱਲੇ ਦੀ ਉਮਰ ਦਾ ਕੋਈ ਪਿੱਛਾ, ਕਿਉਂਕਿ ਉਹਨਾਂ ਨੂੰ ਲੈਂਗੁਏਜ ਪਾਸ ਔਨ ਨਹੀਂ ਕੀਤੀ ਗਈ, ਉਹ ਬੋਲਦੇ ਨਹੀਂ ਗਏ। ਤਾਂ ਕਹਿੰਦੇ ਨੇ ਕਿ ਆਉਣ ਵਾਲੇ 25-30 ਸਾਲਾਂ 'ਚ ਇਹ ਜਿਹੜੀ ਲੈਂਗੁਏਜ ਹੈ ਇਹ ਵੀ ਖਤਮ ਹੋ ਜਾਏਗੀ। ਲੇਕਿਨ ਜੇ ਤੁਸੀਂ ਇਹ ਕਹੋ ਵੀ ਇਸ ਵੇਲੇ 13-12 ਜਾਂ 13 ਕਰੋੜ ਪੰਜਾਬੀ ਜਿਹੜੇ ਨੇ ਉਹ ਦੁਨੀਆ 'ਚ ਬੋਲ ਰਹੇ ਨੇ ਪੰਜਾਬੀ ਲੈਂਗੁਏਜ, ਇਹ ਜਿਹੜੀ ਲੈਂਗੁਏਜ ਦੇ ਬੋਲਣ ਵਾਲਿਆਂ ਦੀ ਗਿਣਤੀ ਹੈ ਇਹ ਨਹੀਂ ਬਹੁਤਾ ਮੈਟਰ ਕਰਦੀ। ਉਹਦੀ ਐਗਜ਼ਾਮਪਲ ਮੈਂ ਦੇਣੀ ਪਸੰਦ ਕਰਾਂਗਾ। ਇਟਲੀ 'ਚ ਐਲਪਸ ਦੀਆਂ ਪਹਾੜੀਆਂ 'ਚ ਇੱਕ ਲੈਂਗੁਏਜ ਬੋਲੀ ਜਾ ਰਹੀ ਹੈ ਜਿਹਦਾ ਨਾਂ ਹੈ ਲੇਡਨ। ਇਸ ਜ਼ਬਾਨ ਦੇ ਬੋਲਣ ਵਾਲੇ ਸਿਰਫ 30,000 ਲੋਕ ਨੇ, ਲੇਕਿਨ ਕਹਿੰਦੇ ਨੇ ਕਿ ਵੀ ਘੱਟੋ ਘੱਟ 1 ਸੈਂਚਰੀ ਤਾਈਂ ਇਹ ਜ਼ਬਾਨ ਨਹੀਂ ਮਰ ਸਕਦੀ, ਕਿਉਂਕਿ ਜਿਹੜੇ 30,000 ਦੇ 30,000 ਨੇ ਪੇਰੈਂਟਸ ਐਂਡ ਉਹਨਾਂ ਦੇ ਬੱਚੇ
ਉਹ ਸਾਰੇ ਮਦਰ ਸਪੀਕਿੰਗ ਮਦਰ ਟੰਗ ਸਪੀਕਿੰਗ ਲੋਕ ਨੇ ਉਹ ਸਾਰੇ ਮਾਦਰੀ ਜ਼ਬਾਨ ਕਰਕੇ ਉਹਨੂੰ ਜਾਣਦੇ ਨੇ ਬੋਲਦੇ ਨੇ ਪੇਰੈਂਟਸ ਨੇ ਜ਼ਬਾਨ ਜਿਹੜੀ ਹੈ ਆਪਣੇ ਬੱਚਿਆਂ ਨੂੰ ਪਾਸ ਔਨ ਕੀਤੀ ਹੈ ਬੇਸ਼ੱਕ ਉਹਨਾਂ ਦੀ ਗਿਣਤੀ 30,000 ਹੈ ਲੇਕਿਨ ਉਹਨਾਂ ਦੇ ਇੱਕ ਸੈਂਚਰੀ 'ਤੇ ਮਰਨ ਦਾ ਕੋਈ ਸਕੋਪ ਨਹੀਂ ਅਤੇ ਹੁਣ ਆਈਏ ਪੰਜਾਬੀ ਵੱਲ ਪੰਜਾਬੀ ਨੂੰ ਸਭ ਤੋਂ ਵੱਡਾ ਖਤਰਾ ਜਿਹੜਾ ਉਹ ਇਹ ਹੈ ਕਿ ਪਾਕਿਸਤਾਨ ਵਿੱਚ ਕੋਈ 6-7 ਕਰੋੜ ਲੋਕ ਪੰਜਾਬੀ ਬੋਲਦੇ ਨੇ ਹੁਣ ਜੇ 6-7 ਕਰੋੜ ਲੋਕ ਜਿਹੜੇ ਨੇ ਉਹ ਆਪਣਾ ਟਰੈਂਡ ਬਦਲ ਲੈਣ ਅਤੇ ਉਹ ਉਰਦੂ ਬੋਲਣਾ ਸ਼ੁਰੂ ਕਰ ਦੇਣ ਤਾਂ ਇਹ ਤਾਂ ਬਹੁਤ ਵੱਡਾ ਲੌਸ ਹੈ ਕਿਉਂਕਿ ਜਿਹੜੇ ਦੁਨੀਆ 'ਚ 12-13 ਕਰੋੜ ਨੇ ਉਹਨਾਂ 'ਚੋਂ ਇੰਡੀਆ 'ਚ ਬਹੁਤ ਘੱਟ ਨੇ ਆ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਪੰਜਾਬੀ ਸਿੱਖਾਂ ਦੀ ਜ਼ਬਾਨ ਆ ਸਿੱਖ ਤਾਂ ਹੈਗੇ ਹੀ ਬਹੁਤ ਥੋੜ੍ਹੇ ਨੇ ਇਹ ਪੱਗਾਂ ਕਰਕੇ 4-6 ਕਿਤੇ ਬੈਠੇ ਹੋਣ ਲੱਗਦਾ ਵੀ ਜਿਵੇਂ ਸਾਰੇ ਸਰਦਾਰ ਹੀ ਬੈਠੇ ਆ ਅਦਰਵਾਈਜ਼ ਗਿਣਤੀ ਤਾਂ ਬਹੁਤ ਥੋੜ੍ਹੀ ਹੈ ਲੇਕਿਨ ਤਸੱਲੀ ਵਾਲੀ ਗੱਲ ਇਹ ਹੈ ਕਿ ਚਲੋ ਇਹ ਲੋਕ ਜਿਹੜੇ ਨੇ ਇਹ ਪੰਜਾਬੀ ਬੋਲਣ ਵਿੱਚ ਫਖਰ ਮਹਿਸੂਸ ਕਰਦੇ ਨੇ ਜਿੱਦਾਂ ਮੈਨੂੰ ਜਿਹੜੀ ਮਰਜ਼ੀ ਮੀਟਿੰਗ 'ਚ ਲੈ ਜਾਓ ਜਿੱਥੇ ਮਰਜ਼ੀ ਕੁਹਾ ਲਓ ਵੀ ਮੈਂ ਪੱਕਾ ਪੰਜਾਬੀ ਪੰਜਾਬੀ ਹੋਣ 'ਤੇ ਮੈਨੂੰ ਫਖਰ ਹੈ ਮੈਂ ਟਕਸਾਲੀ ਪੰਜਾਬੀ ਹਾਂ ਮੈਨੂੰ ਇਸ ਤੋਂ ਵੱਧ ਕੁਝ ਨਹੀਂ ਹੈ ਬਾਕੀ ਕੋਈ ਵੀ ਘਰ ਹੋਵੇ ਤੁਸੀਂ ਬੱਚਿਆਂ ਨਾਲ ਜੇ ਘਰ ਵਿੱਚ ਆਪਣੀ ਮਾਂ ਬੋਲੀ ਬੋਲਦੇ ਹੋ ਬਾਕੀ ਅੰਗਰੇਜ਼ੀ ਹੋਵੇ ਹਿੰਦੀ ਹੋਵੇ ਉਰਦੂ ਹੋਵੇ ਇਹ ਜ਼ਬਾਨਾਂ ਸਾਰੀਆਂ ਬੱਚਿਆਂ ਨੇ ਆਪੇ ਹੀ ਸਿੱਖ ਲੈਣੀਆਂ ਨੇ ਉਹਨਾਂ ਨੂੰ ਸਿਖਾਉਣ ਦੀ ਲੋੜ ਨਹੀਂ ਹੁੰਦੀ ਮੈਂ ਐਗਜ਼ਾਮਪਲ ਦਿੰਦਾ ਹੁੰਦਾ ਆਪਣੇ ਕੁੱਤਿਆਂ ਦੀ ਮੇਰੇ ਕੋਲ 3 ਕੁੱਤੇ ਆ ਅਤੇ ਮੈਂ ਉਹਨਾਂ ਨੂੰ ਪੰਜਾਬੀ 'ਚ ਹੀ ਕਮਾਂਡ ਦਿੰਦਾ ਅਤੇ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਉਹ ਜਦੋਂ ਮਤਲਬ ਕੁੱਤੇ ਜ਼ਬਾਨ ਸਮਝਦੇ ਨੇ ਮਾਂ ਬੋਲੀ ਆਪਣੀ ਹੁਣ ਹਾਲਾਂਕਿ ਉਹਨਾਂ ਦੀ ਮਾਂ ਬੋਲੀ ਨਹੀਂ ਉਹ ਤਾਂ ਇੱਥੇ ਦੇ ਸਿਟੀਜ਼ਨ ਨੇ ਲੇਕਿਨ ਇਹ ਹੈ ਕਿ ਅਸੀਂ ਉਹਨਾਂ ਨੂੰ ਪੰਜਾਬੀ ਸਿਖਾ ਦਿੱਤੀ ਹੈ ਅਤੇ ਤੁਸੀਂ ਇੰਨਾ ਹੀ ਕਹੋ ਚੱਲ ਪੁੱਤਰ ਬਾਹਰ ਨਿਕਲ ਲੈਣਾ ਬਾਹਰ ਤਾਂ ਮਤਲਬ ਇਹ ਮਾਮੂਲੀ ਗੱਲ ਹੈ ਤੁਸੀਂ ਬੱਚਿਆਂ ਨਾਲ ਪੰਜਾਬੀ ਬੋਲੋ ਮਸਲਾ ਜਿਹੜਾ ਹੈ ਉਹ ਕਿਤੇ ਬਾਹਰੋਂ ਨਹੀਂ ਆਇਆ ਮਸਲਾ ਘਰ ਦਾ ਮਸਲਾ ਹੈ ਘਰ 'ਚ ਬਹਿ ਕੇ ਨਜਿੱਠ ਲਓ ਅਤੇ ਬਸ ਇੰਨਾ ਹੀ ਹੈ ਕਿ ਜੇ ਜ਼ਬਾਨ 'ਤੇ ਫਖਰ ਕਰੋਗੇ ਤਾਂ ਜ਼ਬਾਨ ਬਚ ਜਾਏਗੀ ਅਤੇ ਹੋਰ 100-150 ਸਾਲ ਕੱਢ ਜਾਏਗੀ ਤੋ ਬਹੁਤਾ ਨਹੀਂ ਮੈਂ ਬੋਲਣਾ ਚਾਹੁੰਦਾ ਬੋਲਣ ਤਾਂ ਬਹੁਤ ਕੁਝ ਹੈ ਪਰ ਮੈਨੂੰ ਟਾਈਮ ਦਾ ਪਤਾ ਹੈ ਕਿ ਟਾਈਮ ਬਹੁਤ ਘੱਟ ਹੈ ਥੈਂਕ ਯੂ ਵੈਰੀ ਮਚ